ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੁਹੰਮਦ ਸਰਫਰਾਜ਼ ਦੋਸਤਾਂ ਦੀ ਖਿਦਮਤ 'ਚ ਹਾਜ਼ਰ ਜੀ। ਮੈਂ ਇਸ ਵੇਲੇ ਬੈਠਾ ਚੌਕ ਫੁੱਲਰਬਾਨ ਉਲਫਤ ਰੋਡ, ਤਹਿਸੀਲ ਸਫਦਰਾਬਾਦ, ਜ਼ਿਲ੍ਹਾ ਸ਼ੇਖੂਪੁਰਾ, ਨਿਆ ਸਵੇਰਾ ਵਾਲਿਆਂ ਦੀ ਦੁਕਾਨ 'ਤੇ ਬੈਠੇ ਹਾਂ ਅਸੀਂ ਜੀ। ਇਹ ਬੋਤਲਾਂ ਦਿਸਦੀਆਂ ਹੋਣੀਆਂ। ਮੇਰੇ ਨਾਲ ਨੇ ਜਨਾਬ ਰਾਣਾ ਮੁਹੰਮਦ ਅਸ਼ਰਫ ਸਾਹਿਬ। ਰਾਣਾ ਮੁਹੰਮਦ ਅਸ਼ਰਫ ਸਾਹਿਬ ਜਿਹੜੇ ਇੱਕ ਕਿਸਾਨ ਆ ਔਰ ਪ੍ਰੈਕਟੀਕਲ ਬੰਦੇ ਆ, ਵੱਡੇ ਜ਼ਿਮੀਦਾਰ ਨਹੀਂ, ਕੋਈ ਬਲਾਹ ਮਾਰਨ ਵਾਲੇ ਨੇ, ਜ਼ਿੰਦਗੀ ਗੁਜ਼ਾਰੀ ਹੈ ਅਤੇ ਇਹਨਾਂ ਨਾਲ ਪੁੱਛਦੇ ਗੱਲਬਾਤ ਕਰਦੇ ਸੀ ਮੂੰਜੀ ਦੀ ਕਾਸ਼ਤ ਬਾਰੇ। ਰਾਣਾ ਸਾਹਿਬ ਸਲਾਮੁਅਲੈਕਮ। ਉੱਚੀ ਬੋਲਣਾ ਜ਼ਰਾ। ਵਾਲਕ ਸਲਾਮ ਜੀ। ਰਾਣਾ ਸਾਹਿਬ ਕਿੰਨੀ ਮੂੰਜੀ ਬੀਜਦੇ ਆ? ਡੇਢ ਪੈਲੀ ਬੀਜਦੇ ਆ। ਕਿਹੜੀ ਬੀਜਦੇ ਆ? ਮੈਂ 1509 ਜੀ। 1509 ਤੋਂ ਤੁਹਾਡੀ ਡੇਢ ਪੈਲੀ ਚੋਂ ਕੀ ਝਾੜ ਔਸਤ ਕੀ ਆਉਂਦੀ ਆ? ਔਸਤ ਜੀ 100 ਤੋਂ ਲੱਗ ਕੇ 15 ਤੱਕ। ਇਹ ਡੇਢ ਪੈਲੀ ਚੋਂ ਆਉਂਦੀ ਆ ਜਾਂ ਇੱਕ ਕਿੱਲੇ ਚੋਂ? ਨਾ ਜੀ, ਡੇਢ ਪੈਲੀ ਜੀ। ਡੇਢ ਪੈਲੀ ਜੀ 100 ਤੋਂ 115 ਕਿਲੋ ਇਹਨਾਂ ਦੇ ਮਾਣ ਜੀ, ਸੋਰੀ ਕਿਲੋ ਨਹੀਂ ਮਾਣ, ਅੱਲਾ ਬਰਕਤ ਪਾਵੇ, ਮੂੰਜੀ ਹੁੰਦੀ ਆ। ਰਾਣਾ ਸਾਹਿਬ ਉਹਨੂੰ ਤੁਸੀਂ ਕਣਕ ਦੇ ਵੱਢ 'ਚ ਬੀਜਦੇ ਆ? ਜੀ, ਕਣਕ ਦੇ ਵੱਢ 'ਚ। ਉਹਨੂੰ ਕੱਦੂ ਮਾਰਨ ਤੋਂ ਬਾਅਦ ਜਿਹੜੇ ਮੂੰਜੀ ਮੁੰਤਕਲ ਪਨੀਰੀ ਲਾਉਂਦੇ ਆ, ਫਿਰ ਕੀ ਪਾਉਂਦੇ ਆ? ਉਹਨੂੰ ਪਾਉਂਦੇ ਆ ਜੀ, ਇਹ ਤੋਂ ਮੂੰਜੀ ਲਵਾ ਲੈਣੀ ਆ ਅਤੇ ਦਵਾਈ ਪਾਉਣੀ ਆ ਆਪਣੇ ਗੰਦ ਵਾਲੀ। ਗੰਦ ਵਾਲੀ ਪਾਉਣੀ ਹੈ ਜੀ? ਕਿਹੜੀ ਪਾਉਂਦੇ ਗੰਦ ਵਾਲੀ? ਸਸਤੀ ਪਾਉਂਦੇ ਜੀ, 100-150 ਵਾਲੀ। ਅੱਛਾ ਜੀ, ਉਸ ਤੋਂ ਬਾਅਦ ਜੀ ਉਹਨੂੰ ਪਾਉਣਾ ਸਲਫਰ, ਸਲਫਰ ਜਿੰਕ, ਜਿੰਕ ਅਤੇ ਉਸ ਤੋਂ ਬਾਅਦ ਫਿਰ ਉਹਨੂੰ ਜੀ ਇੱਕ ਯੂਰੀਆ ਅਤੇ ਦੋ ਇੱਕ ਨਾਈਟ੍ਰੋਫਾਸ ਅਤੇ ਇੱਕ ਗੁਆਰੇ ਜੀ। ਇੱਕ ਗੁਆਰਾ, ਇੱਕ ਨਾਈਟ੍ਰੋਫਾਸ। ਹਾਂਜੀ। ਉਸ ਤੋਂ ਬਾਅਦ? ਉਸ ਤੋਂ ਬਾਅਦ ਜੀ ਫਿਰ 15 ਦਿਨ ਬਾਅਦ ਨਾ ਫਿਰ ਇੱਕ ਗੁਆਰਾ ਅਤੇ ਦੋ ਯੂਰੀਆ। 15 ਦਿਨ ਬਾਅਦ 2 ਯੂਰੀਆ ਪਾਉਂਦੇ ਅਤੇ 1 ਗੁਆਰਾ ਪਾਉਂਦੇ। ਅੱਛਾ ਜੀ, ਬਸ ਜੀ ਫਿਰ ਉਹਨੂੰ ਕੋਈ ਛਾਇ ਨਹੀਂ ਪਾਉਂਦੇ। ਉਸ ਤੋਂ ਬਾਅਦ ਕੋਈ ਸਪਰੇਆਂ ਕਰਨੀਆਂ ਜੀ? ਇੱਕ ਆਪਣਾ ਫੜਨੀਆਂ ਸੁੰਡੀ ਵਾਲੀਆਂ, ਤਾਂ ਸਪਰੇਆਂ ਜਿਹੜੀਆਂ ਹੁੰਦੀਆਂ ਜੀ ਉਹ ਕਰਨੀਆਂ, ਉਹ ਸਾਰੀਆਂ। ਦਾਣੇਦਾਰ ਜ਼ਹਿਰ ਵੀ ਪਾਉਣੀ ਹੈ ਜੀ? ਕਿੰਨੀ ਵਾਰ? ਇੱਕ ਵਾਰ ਜੀ। ਹਾਂਜੀ, ਇੱਕੋ ਵਾਰ ਹੀ ਪਾਉਣਾ। ਅੱਛਾ, ਤੁਸੀਂ ਇੱਕੋ ਵਾਰ ਹੀ ਪਾਉਂਦੇ? ਹਾਂਜੀ। ਰਾਣਾ ਸਾਹਿਬ ਤੁਸੀਂ ਇਹ ਯੂਰੀਆ ਜਿਹੜੀ ਇੱਕੋ ਵਾਰ ਪਾਉਂਦੇ, ਯੂਰੀਆ ਤਾਂ ਕਹਿੰਦੇ ਵਕਫੇ ਨਾਲ ਪਾਉਣੀ ਚਾਹੀਦੀ ਹੈ? ਨਹੀਂ ਜੀ, ਵਕਫੇ ਨਾਲ ਨਹੀਂ ਪਾਉਣੀ ਚਾਹੀਦੀ ਜੀ, 21 ਦਿਨ ਸਾਰਾ 27 ਦਿਨਾਂ ਦੇ ਵਿੱਚ ਮੁਕੰਮਲ ਕਰਨਾ ਚਾਹੀਦਾ ਵਾ। ਰਾਣਾ ਸਾਹਿਬ ਕਹਿੰਦੇ ਜੀ 27 ਦਿਨਾਂ ਦੇ ਵਿੱਚ ਮੂੰਜੀ ਲੱਗਣ ਤੋਂ ਤੋੜ ਦਾ ਮੁਕੰਮਲ ਕਰ ਦੇਣੀ ਚਾਹੀਦੀ ਹੈ, ਖਾਦ ਜਿਹੜੀ ਆ ਮੁਕੰਮਲ ਕਰ ਦੇਣੀ ਚਾਹੀਦੀ। ਹਾਂਜੀ। ਅੱਛਾ, ਯੂਰੀਆ ਦਾ ਅਸਰ ਕਿੰਨੇ ਦਿਨ ਰਹਿੰਦਾ? 21 ਦਿਨ ਅਸਰ ਰਹਿੰਦਾ ਜੀ ਇਹਦਾ। ਇਹਦਾ ਜੀ 21 ਦਿਨ ਕਹਿੰਦੇ ਅਸਰ ਰਹਿੰਦਾ ਯੂਰੀਆ ਦਾ, ਇਹ ਰਾਣਾ ਸਾਹਿਬ ਦਾ ਤਜਰਬਾ ਜੀ। ਅਤੇ ਇੰਨੀਆਂ ਖਾਦਾਂ ਵੀ ਤੁਸੀਂ ਸੁਣ ਲਈਆਂ ਅਤੇ ਇਹਨਾਂ ਦੀਆਂ ਸਪਰੇਆਂ ਵੀ, ਫਿਰ ਝਾੜ ਕਿੰਨਾ ਆਉਂਦਾ? ਝਾੜ ਜੀ 94 ਤੋਂ ਲੱਗ ਕੇ ਅਤੇ 115 ਮਣ ਤੱਕ ਆਉਂਦਾ। ਹਾਂਜੀ, ਡੇਢ ਪੈਲੀ ਦਾ ਆਉਂਦਾ ਜੀ। ਰਾਣਾ ਸਾਹਿਬ ਕਿਹੜੀ ਵਰਾਇਟੀ ਬੀਜੀ ਸੀ ਤੁਸੀਂ? 1509 ਬੀਜੀ। ਐਤਕੀ ਕਿਹੜੀ ਬੀਜਣੀ ਹੈ? 1692 ਬੀਜਣੀ ਹੈ ਐਤਕੀ ਜੀ। 1692 ਦਾ ਬੀਜ ਕਿੱਥੋਂ ਲੈਣਾ? 1692 ਦਾ ਬੀਜ ਫਸਟ ਕਲਾਸ ਰੱਖਿਆ ਜੀ, ਘਰ ਦਾ ਹੀ ਬਣਾਇਆ। ਘਰ ਦਾ ਹੀ ਬਣਾਇਆ ਹੈ? ਇਹ ਹੁਣ ਆਪਣੇ ਜੋਗਾ ਹੀ ਜਾਂ ਕਿਸੇ ਨੂੰ ਵੀ ਦੇਣਾ? ਨਹੀਂ ਜੀ, ਆਪਣੇ ਜੋਗਾ ਹੀ ਲਿਆ, ਚੱਬਿਓ ਲਿਆ, ਬੰਦੇ ਦੇ ਕੋਲ ਬੜੀ ਫਸਟ ਕਲਾਸ ਬੀਜੀ ਜੀ। ਹਾਂਜੀ, ਉਹ ਕੋਲ ਬੀਜ ਲਿਆਉਂਦਾ 15 ਕਿਲੋ। ਅੱਛਾ ਜੀ, ਜਿਹੜਾ ਡੇਢ ਪੈਲੀ ਦੇ ਵਿੱਚ ਪਾਉਣਾ। ਇਹ ਪਨੀਰੀ ਕਿੱਥੇ ਬੀਜਣੀ? ਪਨੀਰੀ ਉਸ ਡੇਰੇ 'ਤੇ ਬੀਜਣੀ ਹੈ। ਬੀਜੋ ਤੁਸੀਂ, ਮੈਂ ਵਿੱਚੋਂ ਰਾਤ ਨੂੰ ਪੱਟ ਲਿਜਾਣੀ। ਠੀਕ ਹੋ ਗਿਆ ਜੀ, ਅੱਲਾਹ ਤਾਲਾ ਬਰਕਤ ਪਾਵੇ। ਰਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਲੋੜ ਹੋਈ ਤਾਂ ਤੁਹਾਡੇ ਕੋਲੋਂ ਦਿਨੇ ਲਿਜਾਵਾਂਗੇ। ਅੱਛਾ ਜੀ, ਸਲਾਮ ਅਲੈਕੁਮ। ਵਾਲਕ ਸਲਾਮ ਜੀ।